ਮੈਂ ਲੁਧਿਆਣੇ ਤੇ ਗਿਆ ਜੀ ਪਹਿਲੀ ਗੱਲ ਤਾਂ, ਠੀਕ ਹੈ ਜੀ। ਸੋ ਮੈਂ ਆਪਣੇ ਸ਼ਹਿਰ ਆਇਆ, ਬਹੁਤ ਮਾਣ ਵਾਲੀ ਗੱਲ ਹੈ। ਸੈਂਟਰਲ ਦੀ ਜਿਹੜੀ ਮੀਟਿੰਗ ਹੋਈ ਹੈ ਇੱਥੇ, ਅਤੇ ਜਿਹੜਾ ਸੈਮੀਨਾਰ ਚੱਲ ਰਿਹਾ, ਤੋਂ ਮੈਂ ਸਾਰੇ ਹੀ ਜਿੰਨੇ ਵੀ ਇੱਥੇ ਟ੍ਰੇਨਿੰਗ ਹੈਗੇ ਨੇ ਉਹਨਾਂ ਨੂੰ ਕੰਗਰੈਚੁਲੇਟ ਕਰਨਾ ਚਾਹੁੰਦਾ। ਅਤੇ ਬਹੁਤ ਵਧੀਆ ਗੱਲ ਹੈ ਕਿ ਇੱਦਾਂ ਦੀਆਂ ਇਵੈਂਟਸ ਇੱਥੇ ਹੋ ਰਹੇ ਨੇ, ਅਤੇ ਯੂਥ ਨੂੰ ਇੱਕ ਨਵੀਂ ਸੇਧ ਮਿਲ ਰਹੀ ਹੈ। ਜੇ ਕੁਛ ਕਰਨਾ ਤਾਂ ਯੰਗ ਟਾਈਮ ਦੇ ਵਿੱਚ ਕਰੋ, ਹੈ ਨਾ। ਤੋ ਯੂਥ ਮੈਂ ਕਹਿੰਦਾ ਪੁੱਠੇ ਪਾਸੇ ਨੂੰ ਤੁਰਨ ਦੀ ਬਜਾਏ ਇੱਧਰ ਵਾਲੀਆਂ ਚੀਜ਼ਾਂ ਵੱਲ ਤੁਰੇ ਤਾਂ ਅੱਛੀ ਗੱਲ ਹੁੰਦੀ ਹੈ। ਉਹ ਆਪਣੀ ਐਨਰਜੀ ਨੂੰ ਇੱਕ ਚੰਗੀ ਥਾਂ 'ਤੇ ਯੂਜ਼ ਕਰੋ, ਤੁਸੀਂ ਵੇਸਟ ਨਾ ਕਰੋ। ਤੁਹਾਡਾ ਸਾਰਿਆਂ ਦਾ ਸਰੋਤਿਆਂ ਦਾ ਸਾਥ ਰਿਹਾ ਤਾਂ ਜ਼ਰੂਰ ਆਵਾਂਗੇ। ਸੋ ਚੱਕੀ ਚੱਲਿਆ ਕਰੋ, ਤੁਸੀਂ ਫੱਟੇ ਚੱਕੀ ਚੱਲਿਆ ਕਰੋ, ਕਿ ਡੈਵੀ ਗਰੇਵਾਲ ਦੀ ਚੱਕ ਤੋੜ ਲਿਆ। ਮੈਂ ਲੁਧਿਆਣੇ ਤੇ ਗਿਆ ਜੀ ਪਹਿਲੀ ਗੱਲ ਤਾਂ, ਠੀਕ ਹੈ ਜੀ। ਸੋ ਮੈਂ ਆਪਣੇ ਸ਼ਹਿਰ ਆਇਆ, ਬਹੁਤ ਮਾਣ ਵਾਲੀ ਗੱਲ ਹੈ। ਅਤੇ ਪ੍ਰਦੀਪ ਸਿੰਘ ਮੁੰਡੀ ਜੀ ਨੇ, ਆਪਣੀ ਸਰੀਨ ਜੀ ਨੇ ਮੌਕਾ ਦਿੱਤਾ, ਜੀ ਸੀ ਸੈਂਟਰਲ ਦੀ ਜਿਹੜੀ ਮੀਟਿੰਗ ਹੋਈ ਹੈ ਇੱਥੇ, ਅਤੇ ਜਿਹੜਾ ਸੈਮੀਨਾਰ ਚੱਲ ਰਿਹਾ, ਤੋਂ ਮੈਂ ਸਾਰੇ ਹੀ ਜਿੰਨੇ ਵੀ ਇੱਥੇ ਟ੍ਰੇਨਿੰਗ ਹੈਗੇ ਨੇ ਉਹਨਾਂ ਨੂੰ ਕੰਗਰੈਚੁਲੇਟ ਕਰਨਾ ਚਾਹੁੰਦਾ। ਅਤੇ ਬਹੁਤ ਵਧੀਆ ਗੱਲ ਹੈ ਕਿ ਇੱਦਾਂ ਦੀਆਂ ਇਵੈਂਟਸ ਇੱਥੇ ਹੋ ਰਹੇ ਨੇ, ਅਤੇ ਯੂਥ ਨੂੰ ਇੱਕ ਨਵੀਂ ਸੇਧ ਮਿਲ ਰਹੀ ਹੈ। ਜੇ ਸੀ ਆਈ ਵੱਲੋਂ ਯੂਥ ਨੂੰ ਨਵੀਂ ਸੇਧ ਦਿੱਤੀ ਜਾਂਦੀ ਹੈ, ਯੂਥ ਲਈ ਕੰਮ ਕਰ ਰਹੀ ਹੈ, ਜੇ ਸੀ ਆਈ ਸਮਾਜ ਭਲਾਈ ਦੇ ਕੰਮ ਕਰ ਰਹੀ ਹੈ, ਕਿਵੇਂ ਦਾ ਲੱਗਿਆ? ਅੱਛੀ ਗੱਲ ਹੈ ਜੀ। ਮੈਂ ਤਾਂ ਸਗੋਂ ਇਹ ਗੱਲ ਕਹਿੰਦਾ ਕਿ ਯੂਥ ਕਹਿੰਦੇ ਹੁੰਦੇ ਆ ਕਿ ਨਾ ਇੱਕ ਟਾਈਮ ਹੁੰਦਾ ਜੀ, ਯੂਥ ਦੇ ਕੋਲ ਇੱਕ ਸਮਾਂ ਹੁੰਦਾ ਕਿ ਹਾਂ ਵੀ ਕਿ ਕਹਿੰਦੇ ਸੀ ਜੇ ਕੁਛ ਕਰਨਾ ਤਾਂ ਯੰਗ ਟਾਈਮ ਦੇ ਵਿੱਚ ਕਰੋ, ਹੈ ਨਾ। ਤੋ ਯੂਥ ਮੈਂ ਕਹਿੰਦਾ ਪੁੱਠੇ ਪਾਸੇ ਨੂੰ ਤੁਰਨ ਦੀ ਬਜਾਏ ਇੱਧਰ ਵਾਲੀਆਂ ਚੀਜ਼ਾਂ ਵੱਲ ਤੁਰੇ ਤਾਂ ਅੱਛੀ ਗੱਲ ਹੁੰਦੀ ਹੈ। ਉਹ ਆਪਣੀ ਐਨਰਜੀ ਨੂੰ ਇੱਕ ਚੰਗੀ ਥਾਂ 'ਤੇ ਯੂਜ਼ ਕਰੋ, ਤੁਸੀਂ ਵੇਸਟ ਨਾ ਕਰੋ, ਯੂਜ਼ ਕਰੋ। ਨੌਜਵਾਨਾਂ ਨੂੰ ਵੱਡੀ ਗਿਣਤੀ ਦਾ ਜੁੜਨਾ ਚਾਹੀਦਾ ਅਜਿਹੀਆਂ? ਮੈਂ ਤਾਂ ਸਗੋਂ ਇਹ ਗੱਲ ਕਹਿੰਦਾ ਜੀ, ਹਾਂਜੀ ਔਰਗਨਾਈਜੇਸ਼ਨ ਅੱਛੀਆਂ ਹੈਗੀਆਂ ਨੇ ਜੀ, ਠੀਕ ਹੈ, ਜੁੜੋ। ਮੈਂ ਤਾਂ ਸਗੋਂ ਕਹਿੰਦਾ, ਠੀਕ ਹੈ ਜੀ। ਜੇ ਸੀ ਆਈ ਜਿੰਨਾ ਪ੍ਰਦੀਪ ਸਿੰਘ ਮੁੰਡੀ ਜੀ ਦਾ ਮੇਰਾ ਨਾਲ ਜਿੰਨਾ ਕੁ ਵੀ ਰਾਬਤਾ ਰਿਹਾ, ਸੋ ਅਸੀਂ ਅੱਛੇ ਇਵੈਂਟਸ 'ਤੇ ਹੀ ਮਿਲੇ ਹਾਂ, ਜਿੰਨੀ ਵਾਰੀ ਵੀ ਮਿਲੇ ਹਾਂ। ਸੋ ਜੇ ਕੁਛ ਕਰ ਰਹੇ ਨੇ ਤਾਂ ਅੱਛਾ ਹੀ ਕਰ ਰਹੇ ਨੇ, ਸੋ ਮੈਨੂੰ ਵਿਸ਼ਵਾਸ ਹੈ ਇਹਨਾਂ 'ਤੇ, ਠੀਕ ਹੈ ਜੀ। ਹਾਂਜੀ ਠੀਕ ਹੈ, ਦੇਖਾਂਗੇ ਜੀ। ਤੁਹਾਡਾ ਸਾਰਿਆਂ ਦਾ ਸਰੋਤਿਆਂ ਦਾ ਸਾਥ ਰਿਹਾ ਤਾਂ ਜ਼ਰੂਰ ਆਵਾਂਗੇ। ਸੋ ਚੱਕੀ ਚੱਲਿਆ ਕਰੋ, ਤੁਸੀਂ ਫੱਟੇ ਚੱਕੀ ਚੱਲਿਆ ਕਰੋ, ਕਿ ਡੈਵੀ ਗਰੇਵਾਲ ਦੀ ਚੱਕ ਤੋੜ ਲਈ ਆਪਾਂ ਚੱਕ ਦਾਂਗੇ। ਮੈਂ ਤਾਂ ਜੀ ਇਹ ਗੱਲ ਕਹਿੰਦਾ, ਮੇਰੀ ਕੱਲ੍ਹ ਨੂੰ ਹੀ ਆ ਜਾਵੇ ਫਿਲਮ, ਠੀਕ ਹੈ ਨਾ ਜੀ। ਮੈਂ ਤਾਂ ਸਿੰਪਲ ਇਹ ਗੱਲ ਕਹਿੰਦਾ ਜੀ, ਠੀਕ ਹੈ, ਮਿਹਨਤ ਹੈ ਕਲਾਕਾਰ ਦੀ, ਸਮਾਂ ਲੱਗਦਾ। ਸਾਰੇ ਮੈਨੂੰ ਪੁੱਛਦੇ ਨੇ ਬਾਈ ਜੀ ਕੀ ਆ ਰਿਹਾ ਕੀ ਆ ਰਿਹਾ, ਅਤੇ ਮੈਂ ਇਹੀ ਗੱਲ ਕਹਿੰਦਾ ਕਿ ਹਾਂਜੀ ਜੋ ਆਊਗਾ ਅੱਛਾ ਹੀ ਆਊਗਾ ਜੀ। ਸਰ ਤੁਸੀਂ ਪਹਿਲਾਂ ਐਡਵੋਕੇਟ ਸੀ? ਮੈਂ ਹੁਣ ਵੀ ਐਡਵੋਕੇਟ ਹਾਂ ਜੀ। ਐਡਵੋਕੇਟ ਤੋਂ ਲੈ ਕੇ ਐਕਟਰ ਤੱਕ ਦਾ ਸਫ਼ਰ ਕਿੱਦਾਂ? ਮੈਂ ਪਲੀਜ਼ ਮੈਂ ਇਹੀ ਗੱਲ ਕਹਿੰਦਾ ਕਿ ਜੇ ਸੀ ਆਈ ਦੀ ਆਪਾਂ ਉਹਦੇ ਵਾਸਤੇ ਇਕੱਠੇ ਹੋਏ ਹਾਂ, ਤਾਂ ਆਪਾਂ ਇਹਦੇ 'ਤੇ ਕੰਸਨਟ੍ਰੇਟ ਕਰੀਏ। ਮੂਵੀਜ਼ ਬਾਰੇ ਆਪਾਂ, ਫਿਲਮ ਬਾਰੇ ਆਪਾਂ ਜ਼ਰੂਰ ਡਿਸਕਸ ਕਰਾਂਗੇ ਵਿਹਲੇ ਟਾਈਮ 'ਤੇ, ਠੀਕ ਹੈ ਜੀ। ਸੋ ਸਾਡੀ ਸੰਸਥਾ ਜੇ ਸੀ ਆਈ, ਮੈਂ ਜੇ ਸੀ ਆਈ ਪ੍ਰੈਜ਼ੀਡੈਂਟ ਲੁਧਿਆਣਾ ਸੈਂਟਰਲ ਤੋਂ ਪ੍ਰਦੀਪ ਸਿੰਘ ਮੁੰਡੀ। ਮੈਂ ਸਾਰੇ ਹੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੇ ਸੀ ਜਿਹੜੀ ਸੰਸਥਾ ਹੈਗੀ ਹੈ 75 ਸਾਲਾਂ ਤੋਂ ਇਸ ਇੰਡੀਆ ਦੇ ਵਿੱਚ ਜਿਹੜੀ ਹੈਗੀ ਹੈ ਸੇਵਾ ਕਰ ਰਹੀ ਹੈ, ਜੋ ਕਿ ਨੌਜਵਾਨਾਂ ਨੂੰ ਉਤਸ਼ਾਹਿਤ ਕਰਦੀ ਹੈ, ਨੌਜਵਾਨਾਂ ਨੂੰ ਟ੍ਰੇਨ ਕਰਦੀ ਹੈ, ਕਮਿਊਨਿਟੀ ਦੇ ਲਈ ਸੇਵਾ ਕਰਨ ਲਈ ਉਤਸ਼ਾਹਿਤ ਕਰਦੀ ਹੈ। ਅਸੀਂ ਕਾਫੀ ਪ੍ਰੋਗਰਾਮ ਕਰਦੇ ਰਹਿੰਦੇ ਹਾਂ, ਚਾਹੇ ਉਹ ਕੋਈ ਪਲਾਂਟੇਸ਼ਨ ਡਰਾਈਵ ਹੋਵੇ, ਚਾਹੇ ਉਹ ਬੱਚਿਆਂ ਦੇ ਲਈ ਕੋਈ ਪ੍ਰੋਗਰਾਮ ਹੋਵੇ, ਗਰੀਬ ਬੱਚਿਆਂ ਦੇ ਲਈ ਹੋਵੇ, ਸਰਕਾਰੀ ਸਕੂਲਾਂ ਦੇ ਲਈ ਹੋਵੇ। ਸਾਡੀ ਸੰਸਥਾ ਸਰਕਾਰੀ ਸਕੂਲਾਂ ਦੇ ਜਿਹੜੇ ਬੱਚੇ ਨੇ, ਜਿਹੜੇ ਗਰੀਬ ਬੱਚੇ ਨੇ, ਉਹਨਾਂ ਨੂੰ ਵਜ਼ੀਫੇ ਵੀ ਲਾਉਂਦੀ ਹੈ। ਸੋ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਸਾਰੇ ਔਰਗਨਾਈਜ਼
ਆਰਗੇਨਾਈਜੇਸ਼ਨ ਦਾ, ਸਾਰੀ ਜ਼ੋਨ ਦਾ, ਖਾਸਕਰ ਸਾਡੇ ZP ਸਾਹਿਬ ਰਿਤੇਸ਼ ਦੱਤ ਜੀ ਦਾ, ਔਰ ਸਾਡੇ ਚੇਅਰਮੈਨ ਸਾਹਿਬ ਸਿਖਰੀ ਸਾਹਿਬ ਦਾ, ਔਰ ਸਾਡੀ ਸਾਰੀ ਟੀਮ, ਤਾਇਲ ਸਾਹਿਬ, ਸਾਡੇ ਐਡਵੋਕੇਟ ਸਿਮਰਨ ਜੀ, ਸਾਡੇ ਵਿਨਾਇਕ ਜੀ, ਇਸ਼ਵਿੰਦਰ ਜੀ, ਔਰ ਪੰਕਜ ਗਰਗ ਜੀ, ਸਾਡੇ ਪਰਮਜੀਤ ਸਿੰਘ ਜੀ, ਸਾਡੀ ਜਿੰਨੀ ਵੀ ਟੀਮ JCI ਲੁਧਿਆਣਾ ਸੈਂਟਰ ਨੇ ਸਪੋਰਟ ਕੀਤੀ ਹੈ, ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ, ਔਰ ਖਾਸਕਰ ਡੈਵੀ ਜੀ ਦਾ, ਸੰਗਰਾਮ ਜੀ ਦਾ, ਜਿਨ੍ਹਾਂ ਨੇ ਟਾਈਮ ਕੱਢ ਕੇ ਸਾਨੂੰ JCI ਨੂੰ ਸਾਡੀ JCI ਟ੍ਰੇਨਿੰਗ ਦੇ ਵਿੱਚ ਪਹੁੰਚੇ ਔਰ ਹੌਸਲਾ ਦਿੱਤਾ, ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ, ਔਰ ਮੀਡੀਆ ਦਾ ਖਾਸ ਕਰਕੇ ਧੰਨਵਾਦ ਕਰਨਾ ਚਾਹੁੰਦਾ। ਥੈਂਕ ਯੂ ਸੋ ਮਚ। ਸਰ, ਅੱਜ ਫਿਲਮ ਸਟਾਰ ਲੋਕ ਵੀ ਤੁਹਾਡੇ ਕੋਲ ਆਏ ਆ, ਪਹੁੰਚੇ ਆ, ਕੀ ਤੁਹਾਡੇ ਨਾਲ ਉਹਨਾਂ ਨਾਲ ਗੱਲਬਾਤਾਂ ਹੋਈਆਂ? ਹਾਂਜੀ, ਮੈਂ ਸਾਡਾ ਮੋਟਿਵ ਫਿਲਮ ਸਟਾਰ ਨੂੰ ਬੁਲਾਉਣ ਦਾ ਇਹੀ ਹੈ ਜੀ ਕਿ ਸਾਡੀ ਜਿਹੜੀ JCI ਸੰਸਥਾ ਹੈ ਉਹਦੇ ਬਾਰੇ ਲੋਕਾਂ ਨੂੰ ਅਵੇਅਰਨੈਸ ਹੋਵੇ, ਨੌਜਵਾਨਾਂ ਨੂੰ ਅਵੇਅਰਨੈਸ ਹੋਵੇ। ਨੌਜਵਾਨ ਬਾਹਰ ਜਾ ਰਹੇ ਨੇ, ਇੱਥੋਂ ਪਲੱਸ ਟੂ ਕਰਕੇ, ਟੈਂਥ ਕਰਕੇ ਨੌਜਵਾਨ ਬਾਹਰ ਜਾ ਰਹੇ, ਅਸੀਂ ਕਹਿ ਰਹੇ ਹਾਂ ਨਹੀਂ, ਇੱਥੇ ਰਹੋ, ਇੱਥੇ ਬਿਜ਼ਨਸ ਕਰੋ। ਅਸੀਂ ਉਹਨਾਂ ਨੂੰ ਟ੍ਰੇਨ ਕਰ ਰਹੇ ਹਾਂ, ਸਾਡੇ ਜਿੰਨੇ JCI ਮੈਂਬਰ ਨੇ, ਸਾਡੇ ਨੈਸ਼ਨਲ ਟ੍ਰੇਨਰ ਨੇ, ਇੰਟਰਨੈਸ਼ਨਲ ਟ੍ਰੇਨਰ ਨੇ, ਜਿਹੜਾ ਕਿ ਆਪਣਾ ਟਾਈਮ ਕੱਢ ਕੇ ਫ੍ਰੀ ਆਫ ਕੋਸਟ ਟ੍ਰੇਨ ਕਰਦੇ ਨੇ ਯੰਗਸਟਰ ਨੂੰ, ਔਰ ਕਮਿਊਨਿਟੀ ਦੇ ਲਈ ਸੇਵਾ ਕਰਦੇ ਨੇ। ਜੇ JCI ਦੀ ਗੱਲ ਕਰ ਲਈਏ, ਕਦੋਂ ਤੋਂ ਸੰਸਥਾ ਬਣਾਈ ਗਈ ਹੈ, ਕਦੋਂ ਤੋਂ ਕੰਮ ਕਰ ਰਹੀ ਆ, ਕਿੱਥੇ ਕਿੱਥੇ ਕੰਮ ਕਰ ਰਹੀ ਆ? ਜਿਹੜੀ ਸਾਡੀ ਸੰਸਥਾ ਜੀ 108 ਸਾਲ ਪੁਰਾਣੀ ਹੈ ਜੀ, ਆਲ ਓਵਰ ਵਰਲਡ, ਜਿਹੜੀ ਕਿ ਨੀਅਰ ਅਬਾਊਟ 65 ਕੰਟਰੀਜ਼ ਦੇ ਵਿੱਚ ਸਰਵ ਕਰ ਰਹੀ ਹੈ, ਔਰ ਇੰਡੀਆ ਦੇ ਵਿੱਚ 75 ਸਾਲਾਂ ਤੋਂ, ਕਲਕੱਤਾ ਤੋਂ ਸਟਾਰਟ ਹੋਈ ਸੀ ਇਹ ਸੰਸਥਾ, ਔਰ ਅੱਜ ਅਸੀਂ 75ਵਾਂ ਸਾਲ ਜਿਹੜਾ ਹੈਗਾ ਡਾਇਮੰਡ ਜੁਬਲੀ ਜਿਹੜੀ ਹੈਗੀ ਇੱਥੇ ਮਨਾ ਰਹੇ ਹਾਂ, ਔਰ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਲੋਟਸ, ਇਸ ਦੀ ਟ੍ਰੇਨਿੰਗ ਹੈ ਜਿਹੜੀ ਸਾਡੇ ਜਿੰਨੇ ਵੀ ਮੇਨ ਪ੍ਰੈਜੀਡੈਂਟ ਹੁੰਦੇ ਨੇ ਜ਼ੋਨ ਦੇ ਉੱਤੇ, ਜਿੰਨੇ ਸਾਡੇ ਵਾਈਸ ਪ੍ਰੈਜੀਡੈਂਟ ਹੁੰਦੇ ਨੇ, ਡਾਇਰੈਕਟਰ ਹੁੰਦੇ ਨੇ, ਮੈਂਬਰ ਹੁੰਦੇ ਨੇ, ਅਸੀਂ ਉਹਨਾਂ ਨੂੰ ਟ੍ਰੇਨ ਕਰਦੇ ਹਾਂ ਕਿ ਕਿੱਦਾਂ ਨੌਜਵਾਨਾਂ ਨੂੰ ਨਾਲ ਜੋੜਨਾ, ਕਿੱਦਾਂ ਕਮਿਊਨਿਟੀ ਨੂੰ ਨਾਲ ਜੋੜਨਾ, JCI ਦੇ ਵਿੱਚ ਕਿੱਦਾਂ ਨਾਲ ਲੈ ਕੇ ਆਉਣਾ ਸਾਰਿਆਂ ਨੂੰ, ਅਤੇ ਕਿੱਦਾਂ JCI ਨੂੰ ਸਾਰੀ ਜਗ੍ਹਾ ਘਰ ਘਰ ਪਹੁੰਚਾਉਣਾ। ਇਹਦੇ ਵਿੱਚੋਂ ਜੇ ਗੱਲ ਕਰੀਏ, ਕਹਿੰਦੇ ਵੱਡੇ ਲੀਡਰ ਵੀ ਨਿਕਲੇ ਨੇ, ਵੱਡੇ ਲੀਡਰ ਇਹਦੇ ਵਿੱਚੋਂ ਗਏ ਨੇ JCI ਦੇ ਵਿੱਚੋਂ, ਟ੍ਰੇਨਿੰਗ ਦਿੱਤੀ ਜਾਂਦੀ ਹੈ ਨੌਜਵਾਨਾਂ ਨੂੰ? ਹਾਂਜੀ, ਸਾਡੇ ਬਹੁਤ ਹੀ ਇੰਟਰਨੈਸ਼ਨਲ ਜਿਹੜੇ ਲੀਡਰ ਨੇ, ਬਾਈਡਨ ਜੀ ਸਾਡੇ ਜਿਹੜੇ ਪ੍ਰੈਜੀਡੈਂਟ ਰਹੇ ਨੇ ਅਮਰੀਕਾ ਦੇ, ਉਹ ਵੀ ਸਾਡੇ JCI ਮੈਂਬਰ ਰਹੇ ਨੇ ਜੀ, ਓਬਾਮਾ ਜੀ, ਸੋ ਸਾਡੇ ਇੰਡੀਆ ਦੇ ਵਿੱਚ ਬਹੁਤ ਸਾਰੇ ਮਿਨਿਸਟਰ, ਬਹੁਤ ਅੱਛੀਆਂ ਪੋਸਟ ਦੇ ਉੱਤੇ ਜਿਹੜੇ ਸਾਡੇ JCI ਮੈਂਬਰ ਨੇ, ਉਹ ਆਲਰੇਡੀ ਜਿਹੜੇ ਟ੍ਰੇਨਡ ਨੇ, ਉਹ JCI ਦੇ ਹੀ ਮੈਂਬਰ ਨੇ। ਸੋ JCI ਇੱਕ ਬਹੁਤ ਵੱਡੀ ਸੰਸਥਾ ਜਿਹੜੀ ਨੌਜਵਾਨਾਂ ਨੂੰ ਅੱਗੇ ਇੱਕ ਲੀਡਰ ਕ੍ਰੀਏਟ ਕਰਦੀ ਹੈ, ਯੰਗ ਲੀਡਰ ਕ੍ਰੀਏਟ ਕਰਦੀ ਹੈ ਜੀ। ਥੈਂਕ ਯੂ ਸੋ ਮਚ। ਹਾਂਜੀ ਹਾਂਜੀ, ਕੀ ਨਾਮ ਹੈ? ਮੇਰਾ ਨਾਮ ਰਸਲੀਨ ਹੈ, ਮੈਂ ਸੈਕਟਰੀ ਹਾਂ ਫੋਰ JCI ਲੁਧਿਆਣਾ ਸੈਂਟਰ। ਸੋ ਅੱਜ ਜਿਹੜੀ ਸਾਡੀ ਟ੍ਰੇਨਿੰਗ ਹੈ, ਸਾਡੀ ਇਸ ਜ਼ੋਨ ਦੀ ਪਹਿਲੀ ਟ੍ਰੇਨਿੰਗ ਹੈ ਪੂਰੇ ਜ਼ੋਨ ਦੀ। ਜ਼ੋਨ ਵਿੱਚ ਕੁਝ ਚੈਪਟਰਸ ਹੁੰਦੇ ਨੇ ਅਤੇ ਉਹਨਾਂ ਦੇ ਜਿੰਨੇ ਵੀ ਆਫਿਸਰਸ ਹੁੰਦੇ ਨੇ, ਪ੍ਰੈਜੀਡੈਂਟ, ਸੈਕਟਰੀ, ਉਹਨਾਂ ਦੇ ਆਫਿਸਰਸ, ਉਹਨਾਂ ਵਾਸਤੇ ਇੱਕ ਟ੍ਰੇਨਿੰਗ ਹੈ ਕਿ ਤੁਸੀਂ ਸੁਸਾਇਟੀ ਵਿੱਚ, ਤੁਸੀਂ ਆਪਣੇ ਬਿਜ਼ਨਸਿਸ ਵਿੱਚ, ਤੁਸੀਂ ਟ੍ਰੇਨਿੰਗਸ ਵਿੱਚ ਕੀ ਅਚੀਵ ਕਰ ਸਕਦੇ ਹੋ ਪੂਰੇ ਸਾਲ ਦੇ ਵਿੱਚ। ਅਤੇ ਅੱਜ ਉਹ ਸਾਡੀ ਟ੍ਰੇਨਿੰਗ ਹੈ, ਇਹਨਾਂ ਇਸ ਨੂੰ ਲੋਟਸ ਕਿਹਾ ਜਾਂਦਾ ਹੈ। ਸੋ ਜ਼ੋਨ ਦੀ ਇਹ ਪਹਿਲੀ ਟ੍ਰੇਨਿੰਗ ਹੈ ਅਤੇ ਅਸੀਂ ਇਹਨੂੰ ਹੋਸਟ ਕਰ ਰਹੇ ਹਾਂ, ਸਾਡੀ ਜਿਹੜੀ ਹੈਗੀ ਹੈ JCI ਲੁਧਿਆਣਾ ਸੈਂਟਰਲ ਹੋਸਟ ਕਰ ਰਹੀ ਹੈ। ਸੋ ਦਿਸ ਇਜ਼ ਅ ਗੁੱਡ ਥਿੰਗ ਫੋਰ ਆਲ ਆਫ ਅਸ। ਅਤੇ ਅਸੀਂ ਲੋਕਲ ਆਫਿਸਰਸ ਨੂੰ, ਯੰਗਸਟਰਸ ਨੂੰ ਤਿਆਰ ਕਰਦੇ ਹਾਂ ਕਿ ਤੁਸੀਂ ਆਪਣੀ ਕੰਟਰੀਬਿਊਸ਼ਨ ਕਿਵੇਂ ਦੇ ਸਕਦੇ ਹੋ ਸੁਸਾਇਟੀ ਵਾਸਤੇ, ਆਪਣੇ ਬਿਜ਼ਨਸ ਵਿੱਚ ਕਿਵੇਂ ਲੀਡਰਸ਼ਿਪ ਕ੍ਰੀਏਟ ਕਰ ਸਕਦੇ ਹੋ। ਸੋ ਵੈਰੀ ਪ੍ਰਾਊਡਲੀ ਅਸੀਂ JCI ਦੇ ਮੈਂਬਰ ਹੈਗੇ ਹਾਂ। ਸੋ ਅਸੀਂ ਕੁਝ ਡਿਫਰੈਂਸ ਕਰ ਸਕੀਏ ਸੁਸਾਇਟੀ ਵਿੱਚ, ਇਸ ਵਾਸਤੇ ਅਸੀਂ ਕੰਮ ਕਰਦੇ ਹਾਂ। ਫ੍ਰੀ ਆਫ ਕੋਸਟ ਆ ਜਾਂ ਕੋਸਟ? ਦੇ ਆਰ ਵੈਰੀ ਰੀਜ਼ਨੇਬਲੀ ਕੋਸਟ। ਫ੍ਰੀ ਜਿਹੜੇ ਟ੍ਰੇਨਰਸ ਨੇ ਉਹ ਫ੍ਰੀ ਟ੍ਰੇਨਿੰਗਸ ਦਿੰਦੇ ਨੇ, ਬਿਕੋਜ਼ ਇਹ 2 ਦਿਨ ਦੀ ਟ੍ਰੇਨਿੰਗਸ ਨੇ, ਬਟ ਵੈਰੀ ਮਿਨੀਮਲ ਕੋਸਟ 'ਤੇ ਅਸੀਂ ਉਹਨਾਂ ਨੂੰ ਕਰਦੇ ਹਾਂ। ਸੋ ਟ੍ਰੇਨਰਸ ਜਿੰਨੇ ਵੀ ਟ੍ਰੇਨਰਸ ਨੇ, ਦੇ ਆਰ ਨੈਸ਼ਨਲ ਐਂਡ ਇੰਟਰਨੈਸ਼ਨਲ ਟ੍ਰੇਨਰਸ ਜੇ ਕਿ ਟ੍ਰੇਨ ਕਰਦੇ ਨੇ, ਦੇ ਗਿਵ ਇਟ ਫੋਰ ਫ੍ਰੀ ਆਫ ਕੋਸਟ, ਐਂਡ ਬਿਕੋਜ਼ ਦੇ ਵਾਂਟ ਜਿਹੜੇ ਇੰਡੀਆ ਦੀ ਯੂਥ ਹੈ
ਉਹ ਅੱਗੇ ਤਰੱਕੀ ਕਰੇ, ਲੀਡਰਸ ਬਣਨ ਬੇਸਿਕਲੀ। ਅਪਲਾਈ ਕਿੱਦਾਂ ਕਰਨਾ ਪੈਂਦਾ, ਔਨਲਾਈਨ ਹੈ ਕਿ? ਤੁਸੀਂ ਸਾਡੇ ਜਿਵੇਂ ਲੁਧਿਆਣਾ ਵਿੱਚ ਚੈਪਟਰਸ ਨੇ ਕੁਛ, ਤੁਸੀਂ ਉਹਨਾਂ ਦੇ ਵਾਸਤੇ ਸਰਚ ਕਰ ਸਕਦੇ ਹੋ, ਤੁਸੀਂ ਕੋਈ ਇਨਫੋਰਮੇਸ਼ਨ ਲੈਣੀ ਹੈ ਲੈ ਸਕਦੇ ਹੋ, ਤੁਹਾਨੂੰ ਸਾਰੀ ਇਨਫੋਰਮੇਸ਼ਨ ਆ ਜਾਏਗੀ ਕਿ ਲੁਧਿਆਣਾ ਵਿੱਚ ਕਿਹੜੇ ਕਿਹੜੇ ਚੈਪਟਰਸ ਨੇ, ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ। ਸਪੈਸ਼ਲੀ ਯੂਥ ਨੂੰ ਜ਼ਰੂਰ ਜੁਆਇਨ ਕਰਾਓ, ਬਿਕੋਜ਼ ਇਹ ਯੂਥ ਵਾਸਤੇ ਬਹੁਤ ਹੀ ਅੱਛਾ ਪਲੈਟਫਾਰਮ ਹੈ ਆਪਣੇ ਆਪ ਨੂੰ ਗਰੋ ਕਰਨ ਲਈ। ਕੋਈ ਤੁਹਾਡਾ ਐਪ ਵੀ ਹੈ ਜੀ ਜਿਹਦੇ ਨਾਲ ਕੋਈ ਕਨੈਕਟ? ਹਾਂਜੀ, JCI ਇੰਡੀਆ ਦਾ ਐਪ ਹੈਗਾ, ਉਹਦੇ ਵਿੱਚ ਤੁਹਾਨੂੰ ਸਾਡੀ ਇੰਡੀਆ ਵਿੱਚ ਹੀ ਨਹੀਂ, ਸਾਡੇ ਥਰੂ ਆਊਟ ਦਾ ਵਰਲਡ 110 ਕੰਟਰੀਜ਼ ਵਿੱਚ ਇਹ ਐਸੋਸੀਏਸ਼ਨ ਰਨ ਕਰਦੀ ਹੈ।